ਆਖਿਰ ਦੀ ਫਤਿਹ ਬੁਲਾਓ ਕੇ ਤੁਰ ਲੱਗੇ ਇਉਂ ਕਹਿੰਦੇ ਆਖਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ 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 ਆਖਰ ਦੀ ਫਤਿਹ ਅਸਾਂ ਦੀ ਛੱਡ ਦਿੱਤਾ ਕਿਲਾ ਅਸਾਂ ਨੇ ਮਾਤਾ ਦੇ ਆਖੇ ਤੋਂ ਛੱਡ ਦਿੱਤਾ ਕਿਲਾ ਅਸਾਂ ਨੇ ਮਾਤਾ ਦੇ ਆਖੇ ਤੋਂ ਚੋਣਾ ਅਸੀਰਵਾਦ ਮੈਂ ਜੰਜੂਆਂ ਦੇ ਰਾਖੇ ਤੋਂ ਚੋਣਾ ਅਸੀਰਵਾਦ ਮੈਂ ਜੰਜੂਆਂ ਦੇ ਰਾਖੇ ਤੋਂ ਛੱਡ ਦਿੱਤਾ ਕਿਲਾ ਅਸਾਂ ਨੇ ਮਾਤਾ ਦੇ ਆਖੇ ਤੋਂ ਚੋਲਾ ਅਸੀਰਵਾਦ ਮੈਂ ਜੰਜੂਆਂ ਦੇ ਰਾਖੇ ਤੋਂ ਚੋਲਾ ਅਸੀਰਵਾਦ ਮੈਂ ਜੰਜੂਆਂ ਦੇ ਰਾਖੇ ਤੋਂ ਦੇਵੋ ਹੁਣ ਛੁੱਪੀ ਸ਼ਾਮਾਂ ਦੇਵੋ ਹੁਣ ਛੁੱਪੀ ਸ਼ਾਮਾਂ ਮੇਰੇ ਹਜੂਰ ਪਿਤਾ ਆਖਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਰ ਦੀ ਫਤਿਹ ਅਸਾਂ ਦੀ ਗਲੀਆਂ ਬਾਜ਼ਾਰਾਂ ਨੂੰ ਮੁੜ ਕੇ ਅਸ ਨਹੀਂ ਓ ਤੱਕਣਾ ਗਲੀਆਂ ਬਾਜ਼ਾਰਾਂ ਨੂੰ ਛੱਡ ਚੱਲੇ ਪੌੜਿਆਂ ਵਾਂਗੂ ਖਿੜੀਆਂ ਗੁਲਜ਼ਾਰਾਂ ਨੂੰ ਛੱਡ ਚੱਲੇ ਪੌੜਿਆਂ ਵਾਂਗੂ ਖਿੜੀਆਂ ਗੁਲਜ਼ਾਰਾਂ ਨੂੰ ਤੱਕਣਾ ਗਲੀਆਂ ਬਾਜ਼ਾਰਾਂ ਨੂੰ ਮੁੜ ਕੇ ਅਸ ਨਹੀਂ ਓ ਤੱਕਣਾ ਗਲੀਆਂ ਬਾਜ਼ਾਰਾਂ ਨੂੰ ਛੱਡ ਚੱਲੇ ਪੌੜਿਆਂ ਵਾਂਗੂ ਖਿੜੀਆਂ ਗੁਲਜ਼ਾਰਾਂ ਨੂੰ ਛੱਡ ਚੱਲੇ ਪੌੜਿਆਂ ਵਾਂਗੂ ਖਿੜੀਆਂ ਗੁਲਜ਼ਾਰਾਂ ਨੂੰ ਮੰਦਿਆਂ ਹਾਲਾਤਾਂ ਸਾਨੂੰ ਮੰਦਿਆਂ ਹਾਲਾਤਾਂ ਸਾਨੂੰ ਕਰਿਆ ਮਜਬੂਰ ਪਿਤਾ
ਆਖਿਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਿਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਿਰ ਦੀ ਫਤਿਹ ਅਸਾਂ ਦੀ ਨਜ਼ਰ ਮਿਹਰ ਦੀ ਅਨੰਦਪੁਰ ਦੇ ਲੋਕਾਂ ਤੇ ਰੱਖਿਓ ਤੁਸੀਂ ਨਜ਼ਰ ਮਿਹਰ ਦੀ ਅਨੰਦਪੁਰ ਦੇ ਲੋਕਾਂ ਤੇ ਸਾਨੂੰ ਤਾਂ ਤੁਰਨਾ ਪੈਣਾ ਕੰਡਿਆਂ ਦੀਆਂ ਲੋਕਾਂ ਤੇ ਸਾਨੂੰ ਤਾਂ ਤੁਰਨਾ ਪੈਣਾ ਕੰਡਿਆਂ ਦੀਆਂ ਲੋਕਾਂ ਤੇ ਰੱਖਿਓ ਤੁਸੀਂ ਨਜ਼ਰ ਮਿਹਰ ਦੀ ਅਨੰਦਪੁਰ ਦੀਆਂ ਲੋਕਾਂ ਤੇ ਰੱਖਿਓ ਤੁਸੀਂ ਨਜ਼ਰ ਮਿਹਰ ਦੀ ਅਨੰਦਪੁਰ ਦੀਆਂ ਲੋਕਾਂ ਤੇ ਸਾਨੂੰ ਤਾਂ ਤੁਰਨਾ ਪੈਣਾ ਕੰਡਿਆਂ ਦੀਆਂ ਲੋਕਾਂ ਤੇ ਸਾਨੂੰ ਤਾਂ ਤੁਰਨਾ ਪੈਣਾ ਕੰਡਿਆਂ ਦੀਆਂ ਲੋਕਾਂ ਤੇ ਸਾਡਾ ਹੈ ਬਿਖੜਾ ਪੈਂਡਾ ਸਾਡਾ ਹੈ ਬਿਖੜਾ ਪੈਂਡਾ ਮੰਜ਼ਲਾ ਨੇ ਦੂਰ ਪਿਤਾ ਆਖਿਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਿਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਿਰ ਦੀ ਫਤਿਹ ਅਸਾਂ ਦੀ ਜੇ ਉਸ ਪਾਸੇ ਮੁੜਦਾ ਨਾ ਪਾਣੀ ਜਿਸ ਪਤਲੋਂ ਲੰਘ ਜਾਏ ਉਸ ਪਾਸੇ ਮੁੜਦਾ ਨਾ ਰੂਹ ਨੂੰ ਰੂਹ ਮਿਲੇ ਸਬੱਬੀ ਪੀਲਿਆ ਕੱਠ ਜੁੜਦਾ ਨਾ ਰੂਹ ਨੂੰ ਰੂਹ ਮਿਲੇ ਸਬੱਬੀ ਪੀਲਿਆ ਕੱਠ ਜੁੜਦਾ ਨਾ ਕੁੜੀਆਂ ਦਾ ਜਿਵੇਂ ਤਰੰਜਣ ਕੁੜੀਆਂ ਦਾ ਜਿਵੇਂ ਤਰੰਜਣ ਬੇੜੀ ਦਾ ਪੂਰ ਪਿਤਾ ਆਖਿਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਿਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਿਰ ਦੀ ਫਤਿਹ ਅਸਾਂ ਦੀ ਕਰਿਓ ਮਨਜੂਰ ਪਿਤਾ ਆਖਿਰ ਦੀ ਫਤਿਹ ਅਸਾਂ ਦੀ ਪੂਜਨੀਕ ਪਿਤਾ ਨੌਵੇਂ ਪਾਤਸ਼ਾਹ ਦੇ ਅੰਗੀਠੇ ਤੇ ਨਮਸਕਾਰ ਕਰੀ ਸਾਰੇ ਪਰਿਵਾਰ ਨੇ ਮੱਥਾ ਟੇਕਿਆ ਗੁਰੂ ਜੀ ਅੰਗੀਠੇ ਚੋਂ ਬਾਹਰ ਆ ਗਏ ਜਦ ਸਾਰਾ ਪਰਿਵਾਰ ਬਾਹਰ ਆ ਗਿਆ ਅੰਗੀਠੇ ਚੋਂ ਬਾਬਾ ਸ੍ਰੀ ਚੰਦ ਦੀ ਸੰਪਰਦਾਏ ਦਾ ਸਾਧ ਗੁਰਬਖਸ਼ ਗੁਰੂ ਜੀ ਦੇ ਮੂਹਰੇ ਆ ਗਿਆ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਜਦ ਉਹਨੇ ਸਾਰੇ ਪਰਿਵਾਰ ਵੱਲ ਨਜ਼ਰ ਮਾਰੀ ਗੁਰੂ ਜੀ ਦੇ ਮਾਤਾ ਗੁਜਰੀ ਸਾਹਿਬ ਵੀ ਖੜੇ ਸਾਹਿਬਜ਼ਾਦੇ ਵੀ ਖੜੇ ਗੁਰੂ ਜੀ ਦੇ ਮਹਿਲਾਂ ਵੱਲ ਵੀ ਤੱਕਿਆ ਮਹੰਤ ਭਾਈ ਗੁਰਬਖਸ਼ ਨੇ ਹੱਥ ਜੋੜੇ ਗੁਰੂ ਜੀ ਕਿੱਥੇ ਚੱਲੇ ਓ ਗੁਰੂ ਜੀ ਅੱਧੀ ਰਾਤ ਸਾਰੇ ਪਰਿਵਾਰ ਦੇ ਸਣੇ
ਕਿੱਥੇ ਚੱਲੇ ਓ ਗੁਰੂ ਜੀ ਅੱਧੀ ਰਾਤ ਸਾਰੇ ਪਰਿਵਾਰ ਦੇ ਸੁਣੇ ਕਿੱਥੇ ਚੱਲੇ ਓ ਗੁਰੂ ਜੀ ਅੱਧੀ ਰਾਤ ਨੂੰ ਸਾਰੇ ਪਰਿਵਾਰ ਦੇ ਸੁਣੇ ਕਿੱਥੇ ਚੱਲੇ ਓ ਗੁਰੂ ਜੀ ਅੱਧੀ ਰਾਤ ਨੂੰ ਸਾਰੇ ਪਰਿਵਾਰ ਦੇ ਸੁਣੇ